ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ, ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ, ਦੋਨੋਂ ਸਰਕਾਰਾਂ ਟੁੱਟਣਗੀਆਂ। ਰਵਨੀਤ ਬਿੱਟੂ ਦੇ ਇਸ ਦਾਅਵੇ ਨੇ ਸਿਆਸਤ ਨੂੰ ਹੋਰ ਪਖਾ ਦਿੱਤਾ। ਬਿੱਟੂ ਦਾ ਦਾਅਵਾ ਹੈ ਕਿ ਲੋਕ ਸਭਾ ਚੋਣਾਂ ਬਾਅਦ ਦਿੱਲੀ ਅਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀਆਂ ਦੋਵੇਂ ਸਰਕਾਰਾਂ ਟੁੱਟ ਜਾਣਗੀਆਂ। ਬਿੱਟੂ ਦੇ ਇਸ ਬਿਆਨ 'ਤੇ ਆਪ ਹਮਲਾਵਰ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਬੀਜੇਪੀ 'ਚ ਸ਼ਾਮਲ ਹੋਏ ਰਵਨੀਤ ਬਿੱਟੂ ਪੰਜਾਬ ਅਤੇ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਧਮਕੀ ਦੇ ਰਹੇ ਨੇ। ਆਪ ਨੇ ਇਸ ਬਹਾਨੇ ਬੀਜੇਪੀ ਨੂੰ ਵੀ ਘੇਰਿਆ ਅਤੇ ਲੋਕਤੰਤਰ ਦੇ ਘਾਣ ਦਾ ਇਲਜ਼ਾਮ ਲਾਇਆ। ਦਰਅਸਲ ਲੁਧਿਆਣਾ ਤੋਂ ਕਾਂਗਰਸ ਦੇ ਐਮ ਪੀ ਰਵਨੀਤ ਬਿੱਟੂ ਪਿਛਲੇ ਦਿਨੀਂ ਬੀਜੇਪੀ 'ਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਜਲੰਧਰ ਤੋਂ ਆਪ ਦੇ ਇਕਲੌਤੇ ਐਮ ਪੀ ਅਤੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਸਣੇ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਉਂਗਰਾਲ ਵੀ ਬੀਜੇਪੀ 'ਚ ਚਲੇ ਗਏ ਨੇ। ਅਜਿਹੇ 'ਚ ਬਿੱਟੂ ਦੇ ਇਸ ਬਿਆਨ ਬਾਅਦ ਆਮ ਆਦਮੀ ਪਾਰਟੀ ਕਾਂਗਰਸ ਦੇ ਸਾਬਕਾ ਲੀਡਰ ਅਤੇ ਬੀਜੇਪੀ ਨੂੰ ਕੋਸ ਰਹੀ ਹੈ। ਦੱਸੀ ਜਾ ਰਹੇ ਜੋ ਹਾਲਾਤ ਨੇ, ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ, ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ, ਦੋਨੋਂ ਸਰਕਾਰਾਂ ਟੁੱਟਣਗੀਆਂ। ਦੋਨੋਂ ਐਮ ਐਲ ਏ ਆ ਜਿਹੜੇ ਦੋਨੋਂ ਜਗ੍ਹਾ ਦੇ ਐਮ ਐਲ ਏ ਛੱਡ ਇਹਨਾਂ ਨੂੰ ਭੱਜ ਜਾਣਗੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਠੱਗ ਨੇ ਜਿਹੜੇ ਸਭ ਤੋਂ ਵੱਡੇ। ਇਹ ਕੇਜਰੀਵਾਲ ਜਦੋਂ ਜੇਲ੍ਹ 'ਚ ਬੈਠਾ, ਰਾਘਵ ਚੱਡਾ ਜਦੋਂ ਭੱਜਿਆ, ਉਹਨਾਂ ਨੇ ਐਮ ਐਲ ਏ ਨੇ ਰਹਿਣਾ ਕਿਵੇਂ ਆ? ਅਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਬਾਅਦ ਟੁੱਟਣਗੀਆਂ, ਐਮ ਐਲ ਏ ਇਹਨਾਂ ਨੂੰ ਛੱਡ ਭੱਜਣਗੇ। ਬਹੁਤ ਐਮ ਐਲ ਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਆ।